अस्सलाम वालेकुम नाजरीन आज हैं मेरे साथ पाकिस्तान के सुपरस्टार लकी डियर साहब तो हम वार्डरोब में बैठे थे वैसे ही गपशप कर रहे थे तो मैंने सोचा थोड़ा सा एक क्लिप क्लिपलाने तो लकी डियर साहब से थोड़ा सा मजाक करते हैं कुछ शुक्ल मेला कॉमेडी आपको पता है कि ये कॉमेडी के शहजादे हैं इनका तो माशाल्लाह अल्लाह पाक ने चेहरा ही कॉमेडी दिया हुआ है खैर जी 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 माशाल्लाह अल्लाह खैर करे अल्लाह खैर करे अल्लाह खैर करे नाजरीन बात दरअसल ये है कि आप लोगों को मेरी तरफ से रोज़ा मुबारक माशाल्लाह अल्लाह आपको सलामत रखे ये मेरी दुआ है सब लोगों के लिए सबका भला और सबकी सब खैर नाजरीन बात दरअसल ये है कि ये हमारे शबीर हुसैन ये इसने ये YouTube बनाया है चैनल उसका नाम क्या है क्या नाम है शबीर हुसैन के नाम से शबीर खान के नाम से बनाया है और इसके चैनल को आप लाइक भी करें शेयर भी करें सब्सक्राइब भी करें जैसे आपको आता है वो करें तो बड़ा अच्छा चैनल है माशाल्लाह तो मैंने भी अपना चैनल बनाया है लकी डी ए टी वी उसको भी सब्सक्राइब करें शेयर करें अच्छे अच्छे कमेंट्स करें आप लोगों को मैं यानी कि अच्छे अच्छे फनकारों को मिलाऊंगा ये भी बड़ा अच्छा फनकार है जी एन एन हम दोनों काम करते हैं ਇਤਾਰੋਂ ਸੇ ਕਰਨੇ ਬਾਤੇ ਪ੍ਰੋਗਰਾਮ ਕਾ ਨਾਮ ਹੈ ਹਮਾਰੇ ਕਾ ਤੋਂ ਬੜਾ ਅੱਛਾ ਪ੍ਰੋਗਰਾਮ ਹੈ ਉਹ ਵੀ ਉਹ ਵੀ ਦੇਖੇਂ ਔਰ ਇਹ ਜੋ ਹਮਾਰੇ YouTube ਚੈਨਲ ਹੈ ਸ਼ਬੀਰ ਕੇ ਨਾਮ ਸੇ ਇਹਨੇ ਬਣਾਇਆ ਹੈ ਚੈਨਲ ਤੋਂ ਉਸਕੋ ਜ਼ਰੂਰ ਤੁਸੀਂ ਲਾਈਕ ਵੀ ਕਰਨਾ ਤੇ ਸ਼ੇਅਰ ਵੀ ਕਰਨਾ ਹੈ ਬੜਾ ਅੱਛਾ ਫਨਕਾਰ ਹੈ ਫੈਸਲਾਬਾਦ ਦਾ ਰਹਿਣਾ ਹੈ ਤੇ ਫੈਸਲਾਬਾਦ ਤੁਹਾਨੂੰ ਪਤਾ ਜੁਗਤ ਇੱਕ ਸੁਗਾਤ ਹੈ ਜਿਵੇਂ ਕਿਸੇ ਨੂੰ ਦੇਸੀ ਸਰੋਂ ਦਾ ਸਾਗ ਨਹੀਂ ਦੇ ਦਿੰਦੇ ਵੀ ਹੈ ਇਹ ਜੁਗਤ ਇਹਨਾਂ ਦੀ ਸੁਗਾਤ ਹੈ ਬਾਕੀ ਇਹ ਲੱਕ ਸੁਪਰਸਟਾਰ ਸਾਹਿਬ ਨੂੰ ਦੱਸਾਂ ਮੈਂ ਨਾਜ਼ਰੀਨ ਕਿ ਐਡੇ ਸਾਦਾ ਬੰਦੇ ਨੇ ਕੀ ਕਹਨੇ ਸੁਪਰਸਟਾਰ ਹੋਣ ਦੇ ਬਾਵਜੂਦ ਆ ਪਿਛਲੇ ਹਫਤੇ ਵਾਡੀਆਂ ਕਰਨ ਡਏ ਸੀ ਲੋ ਦੱਸੋ ਉਹ ਅੱਲਾ ਬੜਾ ਬੇਨਿਆਜ਼ ਹੈ ਮਾਈਕਲ ਜੈਕਸਨ ਨੇ ਕਿਹਾ ਨਾ ਨਜੂਮੀ ਨੂੰ ਹੱਥ ਉਖਾਇਆ ਉਹਨੇ ਕਿਹਾ ਤੂੰ 70 ਸਾਲ ਦੀ ਉਮਰ ਪਾਏਗਾ ਵੀ ਉਹਨੇ ਨਾ ਪ੍ਰਾਊਡ ਹੋ ਕੇ ਕਿਹਾ ਕਿ ਨਹੀਂ ਮੈਂ 150 ਸਾਲ ਹੋ ਕੇ ਜੀਵਾਂਗਾ ਵੀ ਹਾਂਜੀ ਜੀ 150 ਸਾਲ ਜੀਵਾਂਗਾ ਹਾਂ ਜੀ ਜੀ ਮਨਕੋ ਤੇ ਗੱਲ ਪਤਾ ਕਿ ਅੱਲਾ ਬੜਾ ਪਾਕ ਬੜੇ ਬੇਨਿਆਜ਼ ਨੇ ਨਾ ਉਹਦੇ 70 ਦੇ ਨਾ ਉਹਦਾ ਡੇਰਿਆ ਤੇ 50 ਕੇ 48 ਸਾਲ ਦੇ ਹੋ ਗਏ ਉਹ ਹੱਕ ਹੋ ਗਏ ਵੀ ਸਮਝੋ ਮੇਰੀ ਗੱਲ ਨੂੰ ਤੇ ਅੱਲਾ ਪਾਕ ਨੇ ਇੰਨਾ ਕੋ ਉਹਨਾਂ ਨੂੰ ਇੱਜ਼ਤ ਨਵਾ ਦਿਆ ਕਿ ਸਾਹਿਬ ਹੀ ਨੇ ਆਈ ਸਮੇ ਤੇ ਉਹਨਾਂ ਇੱਕ ਜਾਨੀ ਕਿ ਬ੍ਰੇਕ ਡਾਂਸ ਜਾਨੀ ਕਿ ਉਹਨਾਂ ਦੀ ਆਈਟਮ ਸੀ ਆਈਟਮ ਸੀ ਇੱਕ ਤੇ ਅੱਲਾ ਤਾਲਾ ਨੇ ਇੰਨੀ ਕੀ ਇੱਜ਼ਤ ਦਿੱਤੀ ਦੁਨੀਆ ਤੇ ਵੀ ਉਹਨੂੰ ਬੜੀ ਇੱਜ਼ਤ ਦਿੱਤੀ ਤੇ ਮਰਦੇ ਦਮ ਤੱਕ ਜਾਨੀ ਕਿ ਉਹ ਹਾਈਲਾਈਟ ਰਿਹਾ ਉਹ ਭਾਈ تے ਅਸੀਂ ਵੀ ਅੱਲਾ ਪਾਕ ਰਹਿਮਤ ਕਰਨ ਵਾਲਾ ਸਦਾ ਇੱਥੇ ਨਹੀਂ ਬਹਿ ਰਹਿਣਾ ਕੋਈ ਪਤਾ ਨਹੀਂ ਜ਼ਿੰਦਗੀ ਮੌਤ ਦਾ ਕਿਹੜੀ ਟਾਈਮ ਆ ਜਣੀ ਹੈ ਇਹ ਜੋ ਸਾਡੇ ਪਾਕਿਸਤਾਨ ਦੇ ਹਲਾਲ ਜਾ ਰਹੇ ਨੇ ਦੁਆ ਕਰੋ ਤੇ ਅਸੀਂ ਵੀ ਕਰਨੇ ਆ ਦੁਆ ਕਿ ਅੱਲਾ ਪਾਕ ਇਨਾਂ ਤੇ ਰਹਿਮਤ ਕਰੇ ਮੌਲਾ ਪਾਇਤਨ ਪਾਕ ਦੇ ਸਲਕੇ ਵੀ ਸਾਡੇ ਪਾਕਿਸਤਾਨ ਤੇ ਸਾਡੇ ਪਾਕਿਸਤਾਨ ਦੇ ਹਕਮਰਾਨਾਂ ਤੇ ਯਾਨੀ ਜਿਹੜੇ ਸਾਡੇ ਪਾਕਿਸਤਾਨ ਦੇ ਸ਼ਹਿਰ ਨੇ ਅੱਲਾ ਪਾਕ ਸਭ ਤੇ ਰਹਿਮਤ ਕਰੇ ਵੀ ਤੰਦਰੁਸਤੀ ਦੇਵੇ ਮੌਲਾ ਪਾਇਤਨ ਪਾਕ ਦੇ ਸਲਕੇ ਇਹ ਸਾਡੇ ਪਾਕਿਸਤਾਨ ਦੇ ਜਿਹੜੇ ਲਾਕਡਾਊਨ ਲੱਗੇ ਨੇ ਹਾਲਾਂਕਿ ਇਹ ਫਨਕਾਰ ਸਾਡੇ ਘਰਾਂ 'ਚ ਬੈ ਗਏ ਨੇ ਵੀ ਅਸੀਂ ਆਪ ਘਰਾਂ 'ਚ ਬੈਠੇ ਆ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਕਰੀਂਗਾ ਵੀ ਅੱਜ ਸਮਝ ਤਿਆਰ ਕਾਰਡਾਂ ਦਾ ਰਿਕਾਰਡਾਂ ਕਰੀਂਦੀਆਂ ਉਹ ਵੀ ਕਿਤੇ ਤਿੰਨ ਚਾਰ ਛੁੱਟੀਆਂ ਆ ਜਾਂਦੀਆਂ ਤਿੰਨ ਚਾਰ ਵਿੱਚੋਂ ਕਰ ਲਈਦਾ ਤੇ ਸੈਲਰੀ ਤੇ ਸਾਨੂੰ ਮਹੀਨੇ ਬਾਅਦ ਮਿਲਣੀ ਹੁੰਦੀ ਏ ਤੇ ਮੈਂ ਕਹਿੰਨਾ ਕਿ ਵਕਤ ਵੈਸੇ ਦਾ ਜਿਹੜਾ ਰੱਬਕ ਨਹੀਂ ਉਹ ਬੜਾ ਬੇਨਰਾਜ਼ ਹੈ ਰਹੀਮ ਵੀ ਹੈ ਕਰੀਮ ਵੀ ਹੈ ਰਹਿਮਤ ਆਲਮੀਨ ਵੀ ਹੈ ਕਿ ਉਹ ਅੱਲਾ ਸੋਣਾ ਹਰ ਇੱਕ ਨੂੰ ਭੁੱਖਿਆ ਨਹੀਂ ਸਮਾਉਂਦਾ ਰਿਜ਼ਕ ਦਾ ਵਾਦਾ ਉਹਨੇ ਕੀਤਾ ਔਰ ਰਿਜ਼ਕ ਦੇ ਰਿਹਾ ਵੇ ਕਿਸੇ ਨੂੰ ਥੋੜਾ ਦੇ ਰਿਹਾ ਕੋਈ ਜ਼ਕਾਤ ਦੇ ਰਿਹਾ ਕੋਈ ਕਿਸੇ ਤਰ੍ਹਾਂ ਵੀ ਦੇ ਰਿਹਾ ਕਿਸੇ ਦੇ ਜ਼ਰੀਏ ਦੇ ਰਿਹਾ ਦੇ ਰਿਹਾ ਵੇ ਬੇਸ਼ੱਕ ਮਾਲਕ ਭੁੱਖਾ ਨਹੀਂ ਸਮਾਉਂਦਾ ਉਹ ਬੜਾ ਬੇਨਿਆਜ਼ ਗਫੂਰ ਰਹੀਮ ਹੈ ਅਸੀਂ ਉਹਦੇ ਬੰਦੇ ਆਂ ਆੜੇ ਆਂ ਚੰਗੇ ਆਂ ਪਾਕ ਆਂ ਪਲੀਤ ਆਂ ਜਿਸ ਤਰ੍ਹਾਂ ਦੇ ਵੀ ਆਂ ਅਸੀਂ ਉਹਦੇ ਤੇ ਮੌਲਾ ਸਾਨੂੰ ਮਾਫ ਕਰ ਦੇ ਗਲਤੀਆਂ ਕਤਾਈਆਂ ਇਸ ਪਾਕਿਸਤਾਨ ਤੇ ਰਹਿਮਤ ਕਰ ਦੇ ਹਾਲਾਤ ਠੀਕ ਕਰ ਦੇ ਮੈਂ ਉਹ ਕਾਂਗਾ ਦੋਸਤਾਨੋ ਵੀ ਤੇ ਤੁਸੀਂ ਵੀ ਦੁਆ ਕਰੋ ਤੇ ਅਸੀਂ ਵੀ ਦੁਆ ਕਰਨੇ ਆਂ ਅੱਲਾਹ ਪਾਕ ਸਭ ਤੇ ਰਹਿਮਤ ਕਰੇ ਮੌਲਾ ਪਾਇਤਨ ਪਾਕ ਅਮੀਨ ਅਮੀਨ ਤੇ ਇਹ ਇਹਨਾਂ ਸ਼ਬੀਰ ਸਾਹਿਬ ਦਾ ਚੈਨਲ ਬੜਾ ਅੱਛਾ ਹੈ ਮਿਹਰਬਾਨੀ ਜਨਾਬ ਨਾਜ਼ਰੀਨ ਦੀ ਮੇਰਾ ਵੀ ਚੈਨਲ ਹੈ ਲੱਕੀ ਡੀਏ ਟੀਵੀ ਤੁਸੀਂ ਉਹ ਵੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਅੱਲਾਹ ਦੀ ਮਿਹਰਬਾਨਾ ਦੁਆਵਾਂ ਇਹਨੇ ਸਾਡੀਆਂ ਤੁਸੀਂ ਸਾਡੇ ਲਈ ਦੁਆ ਕਰਦੇ ਹੋ ਤੇ ਅਸੀਂ ਤੁਹਾਡੇ ਲਈ ਕਰਨੇ ਆਂ ਮੇਰੇ ਕੋ ਕਿੰਨੀਆਂ ਯਾਨੀ ਕਿ ਮੁਸ਼ਕਲਾਂ ਦੇ ਵਿੱਚ ਹਾਂ ਕਿ ਅਸੀਂ ਯਾਨੀ ਕਿ ਪਹਿਲੇ ਵੀ ਲਾਕਡਾਊਨ ਲੱਗਾ ਰਿਹਾ ਵੀ 5-6 ਮਹੀਨੇ ਤੇ ਅੱਲਾਹ ਪਾਕ ਨੇ ਵਕਤ ਨਗਾ ਹੀ ਦਿੱਤਾ ਐ ਵੀ ਜਿਹੜਾ ਵਕਤ ਲੰਘ ਜਾਣਾ ਹੈ ਹੈ ਉਹ ਕਹਿੰਦਾ ਜੇ ਰੇ ਉਹ ਨਹੀਂ ਨਾ ਤੇ ਰਹਿਣੇ ਨਹੀਂ ਵੀ ਨਹੀਂ ਬੇਸ਼ੱਕ ਜੀ ਯਾਰਾ ਨਾਜ਼ਰੀਨ ਇਹ ਤੁਹਾਡੀਆਂ ਮਹੱਬਤਾਂ ਦੇ ਨਾਲ ਹੀ ਸਾਰਾ ਕੁਝ ਫਨਕਾਰ ਤੁਹਾਡੀਆਂ ਮਹੱਬਤਾਂ ਦੇ ਨਾਲ ਹੀ ਜ਼ਿੰਦਾ ਹੁੰਦਾ ਹੈ ਤੇ ਤੁਸੀਂ ਸਾਨੂੰ ਵੇਖਦੇ ਹੋ ਤੇ ਸਾਡਾ ਵੀ ਅੰਜ ਫੁੱਲ ਖੇਡਦੇ ਨੇ ਪੈ ਪਹਾਂ ਦੇ ਜੋ ਰਿਜ਼ਕ ਜਿਹੜਾ ਮਾਲਕ ਨੇ ਲਿਆ ਦੇਣਾ ਹੈ ਫਨਕਾਰ ਨਾਜ਼ਰੀਨ ਸਿਰਫ ਦਾਤ ਦਾ ਭੁੱਖਾ ਹੁੰਦਾ ਸਿਰਫ ਦਾਤ ਦਾ ਭੁੱਖਾ ਹੁੰਦਾ ਵਾ ਉਹਨੂੰ ਪੈਸੇ ਦੀ ਕੋਈ ਲਾਲਚ ਨਹੀਂ ਹੁੰਦੀ ਪੈਸਾ ਉਹਦੇ ਨਸੀਬਾਂ ਚ ਮਾਲਕ ਨੇ ਵੈਸੇ ਵੈਸੇ ਉਹਨਾਂ ਦੀ ਕਲੈਪ ਹੁੰਦੀ ਹੈ ਬਸ ਐ ਉਹਨਾਂ ਦੀ ਆਕਸੀਜਨ ਹੁੰਦਾ ਹੈ ਆਕਸੀਜਨ ਹੁੰਦਾ ਹੈ ਤੇ ਉਹ ਅੱਲਾ ਪਾਕ ਤੁਹਾਨੂੰ ਤਾਨੂੰ ਰੂਸੀ ਦੇ ਮੌਲਾ ਪੰਜਰ ਪਾਕ ਦੇ ਸਿਲਕੇ ਸਾਡੀਆਂ ਦੁਆਵਾਂ ਨੇ ਖੁਸ਼ ਰੋ ਆਬਾਦ ਰੋ ਜਿੱਥੇ ਵੀ ਰੋ ਖੁਜ ਜਿੱਥੇ ਰੋਵੇ ਸਾਰੀ ਰੋ ਵਾਹ ਰੋ ਠੀਕ ਹੋ ਗਏ ਨਾਜ਼ਰੀਨ ਵੇ ਰਾਜੀ ਰੋ ਰਾਜੀ ਰੋ ਖੁਸ਼ ਰੋ ਆਬਾਦ ਰੋ ਪਾਕਿਸਤਾਨ ਜ਼ਿੰਦਾਬਾਦ ਠੀਕ ਹੈ